ਖਾਲਿਸਤਾਨ ਦੀ ਮੰਗ ਜਾਂ ਰਿਫਰੈਂਡਮ 2020 ਦੀ ਮੰਗ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਉੱਠਦੀ ਹੈ, ਪੰਜਾਬ ਤੱਕ ਇਸਦੀ ਹੁਣ ਹਵਾ ਆਉਣ ਲੱਗ ਪਈ ਹੈ। ਆਖਿਰ ਇਹ ਮੰਗਾਂ ਕਿਉਂ ਉੱਠ ਰਹੀਆਂ ਨੇ, ਜਾਇਜ਼ ਨੇ ਨਾਜਾਇਜ਼ ਨੇ? ਪੰਜਾਬ ਦੀਆਂ ਜਿੰਨੀਆਂ ਮੰਗਾਂ ਤਾਂ ਹੁਣ ਤੱਕ ਅਜੇ ਗੱਲ ਚੱਲੀ ਹੈ, ਸਾਰੀਆਂ ਮੰਗਾਂ ਜਾਇਜ਼ ਨੇ, ਚਾਹੇ ਉਹ ਚੰਡੀਗੜ੍ਹ ਦੀ ਹੋਵੇ, ਨਹਿਰੀ ਪਾਣੀਆਂ ਦੀ ਹੋਵੇ, ਪੰਜਾਬੀ ਬੋਲਦੇ ਇਲਾਕਿਆਂ ਦੀ ਹੋਵੇ, ਬੰਦੀ ਸਿੰਘਾਂ ਦੀ ਹੋਵੇ, ਉਹ ਜਾਇਜ਼ ਮੰਗਾਂ ਨੇ। ਗੱਲਬਾਤ ਰਾਹੀਂ ਮਸਲਾ ਹੱਲ ਹੋ ਸਕਦਾ। ਜਿੱਥੇ ਤੱਕ ਰੈਫਰੈਂਡਮ ਦੀ ਗੱਲ ਹੈ 2020 ਦੀ ਜਾਂ ਕੋਈ ਖਾਲਿਸਤਾਨ ਦੀ ਗੱਲ ਕਰਦਾ, ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਗੱਲ ਕਰੋਗੇ, ਤੁਸੀਂ ਤੁਹਾਡਾ ਆਪਣਾ ਹੱਕ ਹੈਗਾ, ਤੁਸੀਂ ਇਸ ਹੱਕ ਨਾਲ ਆਪਣੇ ਗੱਲ ਕਰ ਸਕਦੇ। ਜਿਹੜਾ ਵੀ ਕੋਈ ਕਾਨੂੰਨ ਆਪਣੇ ਹੱਥ 'ਚ ਲਏਗਾ, ਉਹ ਆਪਣੇ ਆਪ ਜ਼ਿੰਮੇਵਾਰ ਹੋਏਗਾ।